ਬਾਜ਼ਾਰ ਦੇ ਵਿੱਚ ਸ਼ਰੇਆਮ ਬਦਮਾਸ਼ਾਂ ਦੀ ਝੜੱਪ ਹੋਈ ਹੈ। ਕਿਹਾ ਜਾ ਰਿਹਾ ਕਿ ਜੇਕਰ ਸਮਾਂ ਰਹਿੰਦੇ ਪੁਲਿਸ ਨਾ ਪਹੁੰਚਦੀ ਤਾਂ ਕੋਈ ਨਾ ਕੋਈ ਵੱਡਾ ਕਾਂਡ ਵੀ ਹੋ ਸਕਦਾ ਸੀ। ਤਾਂ ਦੱਸ ਦਈਏ ਕਿ ਅਕਸਰ ਹੀ ਸ਼ਾਮ ਨੂੰ ਕਿਹਾ ਜਾ ਰਿਹਾ ਕਿ ਇਸ ਥਾਂ ਦੇ ਉੱਤੇ ਰੋਜ਼ ਨੌਜਵਾਨ ਜੋ ਨੇ ਉਹ ਗੇੜੀ ਮਾਰਨ ਦੇ ਲਈ ਆਉਂਦੇ ਨੇ, ਪਰ ਕਿਹਾ ਜਾ ਰਿਹਾ ਕਿ ਕਿਸੇ ਗੱਲ ਨੂੰ ਲੈ ਕੇ ਦੋ ਧਿਰਾਂ ਬਦਮਾਸ਼ਾਂ ਦੀਆਂ ਆਮੋ ਸਾਹਮਣੇ ਹੋ ਗਈਆਂ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਹਾਲਾਤ ਅਜਿਹੇ ਬਣੇ ਕਿ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਹਾਲਾਂਕਿ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਪੁਲਿਸ ਵੀ ਇੱਕ ਵਾਰ ਹੱਕੀ ਬੱਕੀ ਰਹਿ ਗਈ ਕਿ ਆਖਰ ਕੀਤਾ ਕੀ ਜਾਵੇ। ਜਿਸ ਤਰੀਕੇ ਦੇ ਨਾਲ ਪੁਲਿਸ ਦੇ ਸਾਹਮਣੇ ਹੀ ਇਹ ਬਦਮਾਸ਼ ਲੜਦੇ ਦਿਖਾਈ ਦਿੱਤੇ, ਉੱਥੇ ਹੀ ਪੁਲਿਸ ਦੇ ਰੋਬ ਦੇ ਉੱਤੇ ਵੀ ਹੁਣ ਸਵਾਲੀਆ ਚਿੰਨ੍ਹ ਲੱਗਣੇ ਲਾਜ਼ਮੀ ਨੇ। ਤਾਂ ਪੁਲਿਸ ਦੇ ਸਾਹਮਣੇ ਵੀ ਬਦਮਾਸ਼ ਜੋ ਨੇ ਆਪਸ ਦੇ ਵਿੱਚ ਲੜਦੇ ਰਹੇ। ਹਾਲਾਂਕਿ ਪੁਲਿਸ ਇਹਨਾਂ ਨੂੰ ਛੁਡਾਉਂਦੀ ਨਜ਼ਰ ਜ਼ਰੂਰ ਆਈ, ਪਰ ਕਿਹਾ ਜਾ ਰਿਹਾ ਕਿ ਬਦਮਾਸ਼ਾਂ ਨੇ ਬਿਲਕੁਲ ਹੀ ਪੁਲਿਸ ਦੀ ਵੀ ਕੋਈ ਪਰਵਾਹ ਨਹੀਂ ਕੀਤੀ। ਹਾਲਾਂਕਿ ਜਦੋਂ ਉਹਨਾਂ ਨੂੰ ਗੱਡੀ ਦੇ ਵਿੱਚ ਵੀ ਬਿਠਾਇਆ ਗਿਆ ਤਾਂ ਕੁਝ ਬਦਮਾਸ਼ਾਂ ਨੇ ਗੱਡੀ ਦੇ ਵਿੱਚ ਬੈਠੇ ਨੌਜਵਾਨ ਦੇ ਉੱਤੇ ਵੀ ਹਮਲਾ ਕੀਤਾ। ਹਾਲਾਂਕਿ ਇਸ ਦੌਰਾਨ ਪੁਲਿਸ ਮੁਲਾਜ਼ਮ ਵੀ ਉਹਨਾਂ ਨੂੰ ਹਟਾਉਂਦਾ ਨਜ਼ਰ ਜ਼ਰੂਰ ਆਇਆ, ਪਰ ਕਿਤੇ ਨਾ ਕਿਤੇ ਪੁਲਿਸ ਦੀ ਵੀ ਉਹਨਾਂ ਨੂੰ ਕੋਈ ਹੁਣ ਪਰਵਾਹ ਨਜ਼ਰ ਨਹੀਂ ਸੀ ਆ ਰਹੀ।